ਸਤਿ ਸ਼੍ਰੀ ਅਕਾਲ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ ਬ੍ਰਿਟਿਸ਼ ਕੋਲੰਬੀਆ ਟੀਚਰਸ ਯੂਨੀਅਨ ਅਤੇ ਸਰਕਾਰ ਦੇ ਦਰਮਿਆਨ ਡੀਲ ਚੜੀ ਨੇਪਰੇ 50 ਹਜ਼ਾਰ ਮੈਂਬਰਸ ਯੂਨੀਅਨ ਦਾ ਹਿੱਸਾ ਬ੍ਰਿਟਿਸ਼ ਕੋਲੰਬੀਆ ਖਾਸ ਕਰ ਮੈਟਰੋ ਵੈਂਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਤਾਪਮਾਨ ਹੇਠਲੇ ਪੱਧਰ ਦੇ ਉੱਪਰ ਆਉਣ ਵਾਲੇ ਦਿਨਾਂ 'ਚ ਹੋਰ ਵੱਸ ਸਕਦੀ ਹੈ ਠੰਡ ਟਾਰੀ ਦੇ ਪ੍ਰੀਮੀਅਰ ਡਾਕਫੋਰਡ ਵੱਲੋਂ ਹੈਲਥ ਸੁਧਾਰਾਂ ਦਾ ਕੀਤਾ ਗਿਆ ਦਾਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਕਦਮ ਚੁੱਕੇਗੀ ਸਰਕਾਰ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਸਕੂਲ ਟੀਚਰਸ ਯੂਨੀਅਨ ਵੱਲੋਂ 3 ਸਾਲ ਲਈ ਕੰਟਰੈਕਟ ਨੇਪਰੇ ਚੜਾ ਲਿਆ ਗਿਆ BC ਟੀਚਰਸ ਫੈਡਰੇਸ਼ਨ ਦੇ ਲਗਭਗ 50 ਹਜ਼ਾਰ ਮੈਂਬਰਾਂ ਤੋਂ ਇਸ ਸੰਬੰਧੀ ਵੋਟ ਪਵਾ ਕੇ ਸਹਿਮਤੀ ਮੰਗੀ ਗਈ ਸੀ 94% ਤੋਂ ਵੱਧ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਯੂਨੀਅਨ ਦੇ ਪ੍ਰਧਾਨ ਮੁਤਾਬਕ ਟੀਚਰਜ਼ ਯੂਨੀਅਨ ਨੇ ਟੀਚਰਜ਼ ਦੀ ਆਰਥਿਕਤਾ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਨੂੰ ਘੱਟ ਤਨਖਾਹ ਮਿਲਦੀ ਸੀ ਉਹਨਾਂ ਮੁਲਾਜ਼ਮਾਂ ਨੂੰ ਹੁਣ ਫਾਇਦਾ ਹੋਵੇਗਾ ਬੀਸੀ ਪਬਲਿਕ ਸਕੂਲ EMPLOYEES ASSOCIATION ਨਾਲ ਨਵੇਂ ਸਮਝੌਤੇ ਨੂੰ ਲੈ ਕੇ ਪਿਛਲੇ 50 ਦਿਨਾਂ ਤੋਂ ਟੀਚਰਜ਼ ਯੂਨੀਅਨ ਦੀ ਗੱਲਬਾਤ ਚੱਲ ਰਹੀ ਸੀ ਜੋ ਕਿ ਆਖਰਕਾਰ ਨੇਪਰੇ ਚੜ ਗਈ ਹੈ ਨਵੇਂ ਐਗਰੀਮੈਂਟ ਅਨੁਸਾਰ ਤੀਜੇ ਸਾਲ ਦੇ ਅੰਤ ਤੱਕ ਨਵੇਂ ਅਧਿਆਪਕਾਂ ਨੂੰ ਸਾਲਾਨਾ 8500 ਡਾਲਰ ਅਤੇ ਸਭ ਤੋਂ ਵੱਧ ਤਨਖਾਹ ਵਾਲੇ ਸਿੱਖਿਆਕ ਨੂੰ 13.5 ਹਜ਼ਾਰ ਡਾਲਰ ਅਤੇ ਬਾਕੀਆਂ ਨੂੰ ਵੀ ਫਾਇਦਾ ਇਸ ਦੇ ਨਾਲ ਹੋਵੇਗਾ। ਜੂਨੀਅਨ ਦੇ ਪ੍ਰਧਾਨ ਮੁਤਾਬਕ ਇਹ ਸਦਕਾ ਬਹੁਤ ਸਾਰੇ ਅਧਿਆਪਕ 1 ਲੱਖ ਡਾਲਰ ਪ੍ਰਤੀ ਸਾਲ ਤੋਂ ਉੱਪਰ ਚਲੇ ਜਾਣਗੇ। ਬੇਸ਼ੱਕ ਅਧਿਆਪਕ ਯੂਨੀਅਨ ਵੱਲੋਂ ਐਲੀਮੈਂਟਰੀ ਅਧਿਆਪਕਾਂ ਲਈ ਵੀ ਪ੍ਰੈਪਰੇਸ਼ਨ ਟਾਈਮ ਦੇ ਵਿੱਚ 10 ਮਿੰਟ ਦਾ ਵਾਧੂ ਸਮਾਂ ਲੈਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਪਰ ਜੇਕਰ ਗੱਲ ਕਰੀਏ ਯੂਨੀਅਨ ਦੀ ਤਾਂ ਯੂਨੀਅਨ ਇਸ ਫੈਸਲੇ ਤੋਂ ਖੁਸ਼ ਦਿਖਾਈ ਦੇ ਰਹੀ ਹੈ। ਕਾਬਲੇ ਗੌਰ ਹੈ ਕਿ অন্ਟਾਰੀਓ ਵਿੱਚ ਟੀਚਰਜ਼ ਯੂਨੀਅਨ ਅਤੇ ਫੋਰਡ ਸਰਕਾਰ ਦਰਮਿਆਨ ਵਿਵਾਦ ਬਹੁਤ ਲੰਮਾ ਸਮਾਂ ਚੱਲਿਆ ਜਿਸ ਕਾਰਨ ਕਈ ਵਾਰ ਸਕੂਲ ਬੰਦ ਵੀ ਰਹੇ ਪਰ ਵਿੱਚ ਸਰਕਾਰ ਵੱਲੋਂ ਸਮਝੌਤਾ ਸਿਰੇ ਚੜਾ ਲਿਆ ਗਿਆ ਤੇ ਅਧਿਆਪਕ ਜਥੇਬੰਦੀਆਂ ਇਸ ਤੋਂ ਸੰਤੁਸ਼ਟ ਦਿਖਾਈ ਦੇ ਰਹੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਦਿਨ ਹੋਈ ਬਰਫਬਾਰੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਖਾਸ ਕਰ ਮੈਟਰੋ ਵੈਂਕੂਵਰ ਅਤੇ ਫਰੇਜ਼ਰ ਵੈਲੀ ਦੇ ਵਿੱਚ ਸਨੋਫਾਲ ਦੌਰਾਨ ਜਨਜੀਵਨ ਲੀ ਤੋ ਉਤਰਿਆ ਹੋਇਆ ਦਿਖਾਈ ਦਿੱਤਾ ਪਰ ਬਰਫਬਾਰੀ ਤੋਂ ਬਾਅਦ ਵੀ ਮੌਸਮ ਦਾ ਮિજાਜ ਕਾਫੀ ਬਦਲਿਆ ਲੱਗਦਾ ਹੈ এনवायरमेंट ਕੈਨੇਡਾ ਵੱਲੋਂ ਵੀ ਪ੍ਰੋਵੈਂਸ ਦੇ ਦੱਖਣੀ ਤੱਟ ਪੀਸ ਰੀਜਨ ਅਤੇ ਈਸਟ ਕੋਟੇਨੇ ਵਿੱਚ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਡਿਪਾਰਟਮੈਂਟ ਅਨੁਸਾਰ ਲੋਅਰ ਮੇਨਲੈਂਡ ਵੈਂਕੂਵਰ ਆਈਲੈਂਡ ਅਤੇ ਸਨਸ਼ਾਇਨ ਕੋਸਟ ਵਿੱਚ ਤਾਪਮਾਨ -5 ਡਿਗਰੀ ਤੋਂ -10 ਡਿਗਰੀ ਸੈਲਸੀਅਲ ਤੱਕ ਰਹਿ ਸਕਦਾ ਹੈ ਇਸ ਦੌਰਾਨ ਹਵਾਵਾਂ ਚੱਲ ਸਕਦੀਆਂ ਨੇ ਜਿਸ ਨਾਲ ਆਈਸੀ ਕੰਡੀਸ਼ਨ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਸ਼ੁੱਕਰਵਾਰ ਨੂੰ ਮੁੜ ਤੋਂ ਲੋਅਰ ਮੇਨਲੈਂਡ ਅਤੇ ਬੀਸੀ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਹੈ ਪਰ ਮਾਹਿਰਾਂ ਨੂੰ ਉਮੀਦ ਹੈ ਕਿ ਇਹ ਪਹਿਲਾ ਆਏ ਤੂਫਾਨ ਜਿੰਨਾ ਖਤਰਨਾਕ ਨਹੀਂ ਹੋਏਗਾ ਇਸ ਦੌਰਾਨ ਆਵਾਜਾਈ ਭੰਗ ਹੋਣ ਦੀ ਸੰਭਾਵਨਾ ਘੱਟ ਹੈ ਪਰ ਲੋਕ ਇਸ ਦੌਰਾਨ ਕੜਾਕੇਦਾਰ ਠੰਡ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ एनवायरनमेंट कनाडा ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਗਰਮ ਕੱਪੜੇ ਨਹੀਂ ਪਾਉਂਦਾ ਤਾਂ ਉਹਨੂੰ ਜਾਦੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੋਅਰ ਮੇਨਲੈਂਡ ਵਿੱਚ ਮੰਗਲਵਾਰ ਨੂੰ ਹੋਈ ਬਰਫਬਾਰੀ ਨੇ ਸਰੀ ਅਤੇ ਵੈਨਕੂਵਰ ਵਿੱਚ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਸੀ ਅਤੇ ਬਹੁਤ ਸਾਰੇ ਘਰਾਂ ਦੀ ਬਿਜਲੀ ਵੀ ਗਲ ਹੋਈ ਸੀ ਹੁਣ ਦੇਖਦੇ ਆ ਕਿ ਜੇਕਰ ਸ਼ੁੱਕਰਵਾਰ ਨੂੰ ਤੂਫਾਨ ਆਉਂਦਾ ਹੈ ਤਾਂ ਉਸ ਲਈ ਸਿਟੀ ਕਾਉਂਸਲਜ਼ ਕੀ ਕਦਮ ਚੁੱਕਦੀਆਂ ਨੇ Ontario ਦੇ ਪ੍ਰੀਮੀਅਰ ਡੱਗ ਫੋਰਡ ਅਤੇ ਸਿਹਤ ਮੰਤਰੀ ਸਿਲਵੀਆ ਜੋਨਸ ਵੱਲੋਂ ਟ੍ਰਾਂਟੋ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਕਈ ਕਾਲਜਾਂ ਵਿੱਚ ਐਕਸਲਰੇਟਿਡ ਕ੍ਰਿਟੀਕਲ ਕੇਅਰ ਨਰਸਿੰਗ ਪ੍ਰੋਗਰਾਮ ਵਿੱਚ 9.4 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ ਪ੍ਰੀਮੀਅਰ ਫੋਰਡ ਨੇ ਦਾਅਵਾ ਕੀਤਾ ਹੈ ਕਿ ਹੈਲਥ케ਅਰ ਖੇਤਰ ਵਿੱਚ ਸੁਧਾਰਾਂ ਲਈ ਸਰਕਾਰ ਕੋਸ਼ਿਸ਼ਾਂ ਜਾਰੀ ਰੱਖੇਗੀ ਇਸ ਮੌਕੇ ਪ੍ਰੀਮੀਅਰ ਵੱਲੋਂ ਹਾਊਸਸ ਕ੍ਰਾਈਸਿਸ ਦੇ ਉੱਪਰ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਫੈਡਰਲ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਉਹਨਾਂ ਆਖਿਆ ਕਿ ਜੇਕਰ ਹਾਊਸਿੰਗ ਦੀ ਸਮੱਸਿਆ ਦਾ ਹੱਲ ਕਰਨਾ ਹੈ ਤਾਂ ਤਿੰਨੇ ਸਰਕਾਰਾਂ ਨੂੰ ਮਿਲ ਕੇ ਕੰਮ ਕਰਨੇ ਪੈਣਗੇ. Of their amazing skills and knowledge. That means providing new opportunities to learn and grow in their job. So today, we're providing $4.6 million to upskill nurses who want to work in critical care. These funds will provide nurses with free tuition to study here at Michener Institute and will cover all college and hospital costs, including backfilling to ensure continuity of care. By spring 2023, we expect close to 600 nurses will have completed their upskilling education. That is 600 more nurses ready to care for our most vulnerable in ICUs across Ontario, including our pediatric ICUs. It's all part of our plan to stay open, our plan to provide Ontario's families with the best care possible. It's all hands on deck as we use every tool we have to get more nurses working in Ontario right now. My friends, over the past four years, we've made a lot of progress. We've hired thousands of new health care workers. We've added over 3,500 more hospital beds, and we'll add another 3,000 as we make historic investments in hospital construction. And we're building 60,000 new and upgraded long term care beds for our seniors. This is a good start, but we won't stop there. We will continue to invest in support our healthcare workforce to serve everyone in this province. We're putting your health first as we build a stronger, more resilient health system for generations to come. Thank you and God bless the people of Ontario. ਜੇਕਰ ਗੱਲ ਅਲਬਰਟਾ ਦੀ ਕੀਤੀ ਜਾਵੇ ਤਾਂ ਅਲਬਰਟਾ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਇਸ ਨਾਲ ਬੇਸ਼ੱਕ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਪੁਚਾਲ ਬਾਰੇ ਵਿਸਤਾਰ ਚ ਜਾਣਕਾਰੀ ਦੇ ਲਈ ਦੇਖ ਸਕਦੇ ਆ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਕੱਲ ਐਡਮਿੰਟਨ ਦੀ ਜਿਹੜੇ ਲੈਜਿਸਲੇਚਰ ਐ ਅਲਬਰਟਾ ਦੀ ਉਹਦੇ ਵਿੱਚ ਪ੍ਰੀਮੀਅਰ ਡੈਨੀਅਲਸ ਮੈਥ ਵੱਲੋਂ ਜਿਹੜੀ ਸੋਵਰਨਟੀ ਐਕਟ ਵਾਲੀ ਜਿਹੜਾ ਬਿੱਲ ਆ ਜੀ ਉਹ ਇੰਟਰੋਡਿਊਸ ਕੀਤਾ ਗਿਆ ਔਰ ਉਹ ਬਿੱਲ ਇੰਟਰੋਡਿਊਸ ਕਰਨ ਦੇ ਨਾਲ ਇੱਕ ਕਿਸਮ ਦਾ ਸਿਆਸੀ ਜਿਹੜਾ ਪੁਚਾੜ ਆ ਕੈਨੇਡਾ ਦੇ ਵਿੱਚ ਆ ਗਿਆ ਉਹ ਉਹ ਤਾਂ ਸਿਆਸੀ ਪੁਚਾੜ ਸੀ ਪਰ ਨਾਲ ਹੀ ਲੱਗਦੇ ਸਾਰੀ ਇੱਕ ਅਸਲੀ ਪੁਚਾੜ ਜਿਹੜਾ ਆ ਉਹ ਵੀ ਕੱਲ ਸ਼ਾਮ ਐਡਵੈਂਟਨ ਵਿੱਚ ਆ ਗਿਆ ਜੀ ਔਰ ਉਹਦਾ ਇਥੋਂ ਐਡਮੰਟਨ ਤੋਂ ਕੋਈ 360 ਕਿਲੋਮੀਟਰ ਨਾਰਥ-ਵੈਸਟ ਵਾਲੇ ਪਾਸੇ ਰੈਨੋ ਹੈ ਛੋਟਾ ਜਿਹਾ ਹੈਮਲੇਟ ਜਿੱਥੇ ਇਹ ਪੁਚਾਲ ਦੀ origin ਸੀਗਾ ਔਰ ਉਹਦੇ ਝਟਕੇ ਦੂਰ ਦਰੇਡੇ ਤੱਕ ਮਹਿਸੂਸ ਕੀਤੇਗਾ ਦਰਸਲ ਪਹਿਲਾ ਦੋ ਝਟਕੇ ਜੀ 5 ਕਸਰ 2 ਰੈਕਟਰ ਸਕੇਲ ਤੇ ਜਿਹੜੇ ਆ ਉਹ ਆਏ ਔਰ ਫਿਰ ਤੀਸਰਾ ਝਟਕਾ ਜਿਹੜਾ ਸੀ ਉਹ 5 ਕਸਰ 8 ਉਹਦੀ ਰੀਡਿੰਗ ਸੀਗੀ ਰੈਕਟਰ ਸਕੇਲ ਦੇ ਉੱਤੇ ਜਿਹੜੀ ਕਿ ਕਾਫੀ ਸਟਰੋਂਗ ਆ ਪਹਿਲਾ ਕਈ ਝਟਕੇ ਇਸ ਤਰ੍ਹਾਂ ਛੋਟੇ ਸਟਰੈਂਥ ਦੇ ਆਉਂਦੇ ਰਹੇ ਆ ਔਰ ਲੋਕ ਉਹਨਾਂ ਨੂੰ ਐਕਸਪੈਕਟ ਵੀ ਕਰਦੇ ਰਹੇ ਵੀ ਇੰਨੇ ਹੁੰਦੇ ਆ ਪਰ ਜਿਹੜਾ 5 ਕਸਰ 8 ਵਾਲਾ ਸੀਗਾ ਉਹ ਝਟਕਾ ਬਹੁਤ ਦੂਰ ਤੱਕ ਮਹਿਸੂਸ ਕੀਤਾ ਗਿਆ ਇਥੋਂ ਤੱਕ ਕਿ ਐਡਮਿੰਟਨ ਦੇ ਵਿੱਚ ਵੀ ਔਰ BC ਦੇ ਵਿੱਚ ਵੀ ਉਹ ਝਟਕੇ ਜਿਹੜੇ ਜੀ ਮਹਿਸੂਸ ਕੀਤੇ ਗਏ ਨੇ ਪਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਦੀ ਖਬਰ ਕਿਸੇ ਪਾਸਿਓਂ ਨਹੀਂ ਆ ਰਹੀ ਔਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਹੈਨਾ ਇੰਡਸਟਰੀਅਲ ਐਕਟੀਵਿਟੀ ਜਿਵੇਂ ਅੱਗੇ ਫ੍ਰੈਕਿੰਗ ਨੂੰ ਬਲੇਮ ਕਰ ਦਿੱਤਾ ਜਾਂਦਾ ਵੀ ਫ੍ਰੈਕਿੰਗ ਦੇ ਨਾਲ ਜਿਹੜੀ ਗੈਸ ਜਿਹੜੀ ਆ ਕੱਢੀ ਜਾਂਦੀ ਆ ਵੀ ਉਹ ਜ਼ਿੰਮੇਵਾਰ ਹੈਗੀ ਆ ਐਤਕਿਉਂ ਮਾਰ ਗਏ ਰਹੇ ਵੀ ਉਹ ਫ੍ਰੈਕਿੰਗ ਜਾਂ ਹੋਰ ਇੰਡਸਟਰੀਅਲ ਐਕਟੀਵਿਟੀ ਜਿਹੜੀ ਆ ਉਹਨੂੰ ਆਪਾਂ ਬਲੇਮ ਨਹੀਂ ਕਰ ਸਕਦੇ ਤੇ ਹੁਣ ਇਹਦੀ ਇਨਵੈਸਟੀਗੇਸ਼ਨ ਇਹ ਹੋ ਰਹੀ ਆ ਵੀ ਇਹ ਜਿਹੜੇ ਕੋਈ ਫਾਲਟ ਲਾਈਨਸ ਹੈਗੀਆਂ ਅਲਬਰਟਾ ਦੇ ਵਿੱਚ ਤੇ ਉਕੇ ਤੇ ਉਥੇ ਕਿਸ ਤਰ੍ਹਾਂ ਦੀ ਐਕਟੀਵਿਟੀ ਹੋ ਰਹੀ ਆ ਉਹਨਾਂ ਦੀ ਹੁਣ ਇਨਵੈਸਟੀਗੇਸ਼ਨ گاਾਂ ਤੋਂ گاਾਂ ਕੀਤੀ ਜਾਵੇਗੀ ਸੋ ਇਹ ਖਬਰ ਸੀ ਕਿ ਜੀ ਇੱਕ ਤਾਂ ਦੂਸਰੀ ਇੱਕ ਇਹ ਆ ਰਹੀ ਆ ਕਿ ਐਡਮਿੰਟਨ ਸ਼ਹਿਰ ਦੇ ਵਿੱਚ ਇੱਕ ਐਡਮਿੰਟਨ ਸਕਰੀਨ ਇੰਡਸਟਰੀਜ਼ ਆਫਿਸ ਆ ਉਹ ਕਹਿ ਰਿਹਾ ਹੈ ਵੀ ਅਸੀਂ ਐਡਮਿੰਟਨ ਦੇ ਵਿੱਚ ਜਿਹੜੀ ਫਿਲਮ ਇੰਡਸਟਰੀ ਆ ਉਹਨੂੰ ਇੱਥੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਕੋਈ ਇੱਕ 100 ਮਿਲੀਅਨ ਡਾਲਰ ਜਿਹੜਾ ਅਸੀਂ ਰੇਜ਼ ਕਰ ਸਕਦੇ ਹਾਂ ਉਹ ਕਹਿੰਦੇ ਵੀ ਅੱਜ ਕੱਲ ਜਿਹੜਾ ਹੁਣ ਜ਼ਮਾਨਾ ਹੈਗਾ ਉਹ ਡਿਜੀਟਲ ਪ੍ਰੋਡਕਸ਼ਨਸ ਦਾ ਹੈਗਾ ਔਰ ਸਾਨੂੰ ਆਪਣਾ ਸ਼ਹਿਰ ਜਿਹੜਾ ਦੁਨੀਆ ਭਰ ਦੇ ਵਿੱਚ ਸਾਨੂੰ ਦਿਖਾ ਲੈਣਾ ਚਾਹੀਦਾ ਅੱਗੇ ਉਹਨਾਂ ਨੂੰ ਜਿਹੜੀ ਹੈ ਜੀ ਗ੍ਰਾਂਟ ਮਿਲਦੀ ਹੈ ਸਿਟੀ ਵੱਲੋਂ ਇੱਕ ਅਕਸਰ 2 ਮਿਲੀਅਨ ਦੀ ਪਰ ਐਤ ਕੀ ਉਹਨਾਂ ਨੇ ਇੱਕ ਅਕਸਰ 5 ਮਿਲੀਅਨ ਲਈ ਆਪਣੀ ਐਪਲੀਕੇਸ਼ਨ ਦਿੱਤੀ ਆ ਤੇ ਉਹ ਕਹਿੰਦੇ ਵੀ ਇਹਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਹੋਰ ਜਿਹੜੇ ਦੁਨੀਆ ਭਰ ਦੇ ਵਿੱਚ ਲੋਕ ਫਿਲਮਾਂ ਵਗੈਰਾ ਬਣਾਉਂਦੇ ਨੇ ਉਹਨਾਂ ਨੂੰ ਐਡਵੈਂਟਨ ਵਿੱਚ ਲਿਆਂਦਾ ਜਾ ਸਕੇ ਪਿੱਛੇ ਜਿਹੜਾ ਕੋ ਕਹਿੰਦੇ ਵੀ ਸ਼ੋਅ ਜਿਹੜਾ ਇੱਕ ਤਿਆਰ ਕੀਤਾ ਗਿਆ ਸੀ ਉਹ ਕਾਫੀ ਪਾਪੂਲਰ ਵੀ ਹੋਇਆ ਔਰ ਪ੍ਰੋਫਿਟੇਬਲ ਰਿਹਾ ਤੇ ਇਸੇ ਤਰ੍ਹਾਂ ਦੇ ਉਹ ਸ਼ੋਅ ਕਹਿੰਦੇ ਅਸੀਂ ਹੋਰ ਗਾਹ ਲਿਆਉਣ ਦੀ ਕੋਸ਼ਿਸ਼ ਕਰਾਂਗੇ ਹਾਲ ਦੀ ਘੜੀ ਜਿਹੜਾ ਜੀ ਉਹ 25 ਮਿਲੀਅਨ ਡਾਲਰ ਜਨਰੇਟ ਹੁੰਦਾ ਹੈ ਤਾਂ ਕਾਫੀ ਵੱਡਾ ਜੰਪ 25 ਮਿਲੀਅਨ ਤੋਂ 100 ਮਿਲੀਅਨ ਤੱਕ ਜਾਣਾ ਜਿਹੜੇ ਉਹਨਾਂ ਦੇ ਹੈ ਨਹੀਂ ਸੀ ਉਹ ਟੌਮ ਵਨਿਕਾ ਹੋਰੀ ਉਹ ਪੂਰੇ ਆਸਵੰਦ ਆ ਕਿ ਅਸੀਂ ਇਹ ਕੰਮ ਕਰ ਸਕਾਂਗੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸੌ ਨਾਂ ਚੁੱਕਣ ਵਾਲੇ ਬਲੈਕ ਕਯੂਬਿਕ ਵੈ ਦੇ 3 ਐਮ ਐਨ ਏਜ ਨੂੰ ਕਯੂਬਿਕ ਅਸੈਂਬਲੀ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ 8 ਸਤੰਬਰ ਨੂੰ ਮਹਾਰਾਣੀ ਐਲੇਜ਼ਾਬੈਥ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ بیٹے ਕਿੰਗ ਚਾਰਲਸ ਯੂਕੇ ਦੇ ਰਾਜਾ ਅਤੇ 14 ਹੋਰ ਦੇਸ਼ਾਂ ਦੇ ਰਾਜਮੁਖੀ ਬਣੇ ਹਨ ਜਿਨ੍ਹਾਂ ਵਿੱਚ ਕੈਨੇਡਾ ਵੀ ਸ਼ਾਮਲ ਹੈ ਕਿਊਬਿਕ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਫੈਸਲਾ ਸੁਣਾਇਆ ਸੀ ਕਿ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਾ ਸਿਰਫ ਕਿਊਬਿਕ ਦੇ ਲੋਕਾਂ ਸਗੋ ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸੌ ਚੁੱਕਣ ਦੀ ਜ਼ਰੂਰਤ ਹੋਵੇਗੀ ਪਾਰਟੀ ਬਲੈਕ ਕਿਊਬਿਕਵਾ ਨੇ ਦੇ ਐਮ ਐਨ ਏਜ਼ ਨੇ ਕਿਊਬਿਕ ਦੇ ਲੋਕਾਂ ਪ੍ਰਤੀ ਵਫਾਦਾਰੀ ਦੀ ਸੌ ਤਾਂ ਚੁੱਕੀ ਪਰ ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸੌ ਨਹੀਂ ਚੁੱਕੀ ਸਪੀਕਰ ਨੇ ਆਪਣੇ ਫੈਸਲੇ ਵਿੱਚ ਲਿਖਿਆ ਸੀ ਕਿ ਮੌਜੂਦਾ ਕਾਨੂੰਨ ਤਹਿਤ ਇਹ ਸੌ ਚੁੱਕਣਾ ਆਪਸ਼ਨਲ ਭਾਵ ਵਿਕਲਪੀ ਨਹੀਂ ਹੈ ਇਹ ਤੁਹਾਨੂੰ ਲਾਜ਼ਮੀ ਤੌਰ ਤੇ ਚੁੱਕਣੀ ਪਵੇਗੀ ਉਹਨਾਂ ਕਿਹਾ ਸੀ ਕਿ ਜਿਹੜਾ ਚੁਣਿਆ ਹੋਇਆ ਮੈਂਬਰ ਸੌ ਨਹੀਂ ਚੁੱਕਦਾ ਉਸ ਨੂੰ ਅਸੈਂਬਲੀ ਤੋਂ ਬਾਹਰ ਕਰ ਦਿੱਤਾ ਜਾਵੇਗਾ 3 ਅਕਤੂਬਰ ਨੂੰ ਕਯੂਬਿਕ ਵਿੱਚ ਸਬਾਈ ਚੋਣਾਂ ਤੋਂ ਬਾਅਦ ਪਾਰਟੀ ਕਯੂਬਿਕਵਾ ਦੇ ਲੀਡਰ ਸੇਂਟ ਪੀਅਰ ਪਲੇਮੰਡਲ ਨੇ ਕਿਹਾ ਸੀ ਕਿ ਉਹਨਾਂ ਦੇ ਐਮ ਐਨ ਏਜ਼ ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸੌ ਨਹੀਂ ਚੁੱਕਣਗੇ ਇਸ ਤੋਂ ਬਾਅਦ ਕਯੂਬਿਕ ਸੋਲਿਡੇਅਰ ਦੇ 11 ਚੁਣੇ ਹੋਏ ਨਮਾਇੰਦਿਆਂ ਨੇ ਵੀ ਰਾਜਸ਼ਾਹੀ ਪ੍ਰਤੀ ਵਫਾਦਾਰੀ ਦੀ ਸੌ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਇਹਨਾਂ ਚੁਣੇ ਹੋਏ ਮੈਂਬਰਾਂ ਨੇ ਤਾਂ ਇੱਕ ਕੌਨਸਟੇਬਲ ਨੇ ਰੋਕ ਇਹਨਾਂ ਨੂੰ ਲਿਆ ਜਿਸ ਦੇ ਬਾਅਦ ਇਹਨਾਂ ਨੇ ਸੰਸਦ ਭਵਨ ਦੇ ਬਾਹਰ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਫਿਰ ਤੋਂ ਉਹੀ ਸ਼ਬਦ ਦੁਹਰਾਏ ਕਿ ਰਾਜਸ਼ਾਹੀ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਉਹਦੇ ਪਾਸੇ ਕਯੂਬੈਕ ਦੇ ਕਾਨੂੰਨ ਮੰਤਰੀ ਤੇ ਪਾਰਲੀਮੈਂਟ ਮੰਤਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਇਹ ਹੀ ਆਖਿਆ ਕਿ ਇਸ ਬਾਰੇ ਇੱਕ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਕਿੰਗ ਚਾਰਲਸ ਪ੍ਰਤੀ ਸੌ ਚੁੱਕਣਾ ਆਪਸ਼ਨਲ ਹੋਵੇ ਨਾ ਕਿ ਲਾਜ਼ਮੀ ਬ੍ਰਿਟਿਸ਼ ਕੋਲੰਬੀਆ ਦੀ ਸਰਵੋੱਚ ਅਦਾਲਤ ਵੱਲੋਂ ਵੈਨਕੂਵਰ ਨਾਲ ਸੰਬੰਧਤ ਇੱਕ ਡਾਕਟਰ ਉੱਪਰ 3 ਸਾਲਾਂ ਲਈ ਜਨਤਕ ਸਿਹਤ ਬੀਮਾ ਯੋਜਨਾ ਲਈ ਬਿਲਿੰਗਕਰ ਉੱਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਅਤੇ ਉਸ ਨੂੰ ਘੱਟੋ ਘੱਟ 6,82,744 ਡਾਲਰ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਨੇ ਇਸ ਮਾਮਲੇ 'ਚ ਉਲਝੇ ਹੋਏ ਡਾਕਟਰ ਸਿਮੋਲਾਈ ਵੱਲੋਂ ਬੱਚਿਆਂ ਦੇ ਡਾਕਟਰ ਹਨ ਜਿੰਨਾਂ ਵੱਲੋਂ ਅਦਾਲਤੀ ਪ੍ਰਕਿਰਿਆ ਰਾਹੀਂ ਮੈਡੀਕਲ ਸਰਵਿਸ ਕਮਿਸ਼ਨ ਵੱਲੋਂ 2021 'ਚ ਲਏ ਗਏ ਫੈਸਲੇ ਨੂੰ ਰੱਦ ਕਰਵਾਉਣ ਦੇ ਲਈ ਅਦਾਲਤੀ ਪਹੁੰਚ ਬਣਾਈ ਗਈ ਸੀ ਜਿਸ ਦੇ ਵਿੱਚ ਉਹ ناکਾਮਜਾਬ ਰਹੇ ਨੇ ਬੇਸ਼ੱਕ ਉਹਨਾਂ ਨੇ ਕਮਿਸ਼ਨ ਨੂੰ ਨਿਆਇਕ ਸਮੀਖਿਆ ਦੀ ਆਗਿਆ ਸੰਬੰਧੀ ਜੋ ਚਿੱਠੀ ਲਿਖੀ ਉਸ ਵਿੱਚ ਵੀ 4 ਹਫ਼ਤੇ ਦੀ ਦੇਰੀ ਕੀਤੀ ਕਿਉਂਕਿ ਡਾਕਟਰ ਵੱਲੋਂ ਐਕਟ ਅਧੀਨ ਇਸ ਗੱਲ ਤੋਂ ਜਾਣੂ ਹੁੰਦਿਆਂ ਵੀ 30 ਦਿਨ ਦੀ ਸੀਮਾ ਨੂੰ ਪਾਰ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਅਪੀਲ ਦਾਇਰ ਕੀਤੀ ਦਰਅਸਲ ਇਹ ਮਸਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਹੈਲਥ ਡਿਪਾਰਟਮੈਂਟ ਵੱਲੋਂ ਬਿਲਿੰਗ ਇੰਟੀਗ੍ਰਿਟੀਵ ਪ੍ਰੋਗਰਾਮ ਅਧੀਨ ਬਿਲਿੰਗਸ ਦਾ ਆਡਿਟ ਕਰਵਾਇਆ ਗਿਆ ਜਿਸ ਵਿੱਚ ਕਈ ਮਹੱਤਵਪੂਰਨ ਗਲਤੀਆਂ ਸਾਹਮਣੇ ਆਈਆਂ 2011 ਤੋਂ 2016 ਤੱਕ ਬਹੁਤ ਸਾਰੀਆਂ ਤਰੋਟੀਆਂ ਬਿਲਿੰਗ ਦੇ ਵਿੱਚ ਮਿਲੀਆਂ ਸੋ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਡਾਕਟਰ ਉੱਤੇ 3 ਸਾਲ ਦਾ ਬੈਨ ਬਰਕਰਾਰ ਰੱਖਿਆ ਗਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਫ਼ ਆਖ ਦਿੱਤਾ ਹੈ ਕਿ ਅਲਬਰਟਾ ਸਰਕਾਰ ਨਾਲ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਚਾਹੁੰਦੇ ਪਰ ਜਦੋਂ ਗੱਲ ਅਲਬਰਟਾ ਦੀ ਖੁਦਮਖਤਿਆਰੀ ਦੀ ਆਉਂਦੀ ਹੈ ਤਾਂ ਉਹ ਹੱਥ ਉੱਤੇ ਹੱਥ ਤਰ ਕੇ ਬੈਠ ਵੀ ਨਹੀਂ ਸਕਦੇ ਜ਼ਿਕਰਯੋਗ ਹੈ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਪੇਸ਼ ਕੀਤੇ ਗਏ 70 ਐਕਟ ਬਾਰੇ ਟਰੂਡੋ ਨੇ ਗੱਲ ਕਰਦੇ ਆਖਿਆ ਕਿ ਲਿਬਰਲ ਕੌਕਸ ਮੀਟਿੰਗ ਦੇ ਵਿੱਚ ਵੀ ਇਸ ਮੁੱਦੇ ਤੇ ਵਿਚਾਰ ਕੀਤਾ ਜਾਏਗਾ ਤੇ ਫੈਡਰਲ ਸਰਕਾਰ ਨੇ ਇਸ ਸੰਬੰਧੀ ਅੱਗੇ ਕੀ ਕਰਨਾ ਉਹ ਇਸ ਬਾਰੇ ਫੈਸਲਾ ਸਮਾਂ ਆਉਣ ਤੇ ਕਰਨਗੇ ਅਲਬਰਟਾ ਦੀ ਪ੍ਰੀਮੀਅਰ ਵੱਲੋਂ ਉਥੋਂ ਦੀ ਵਿਧਾਨ ਸਭਾ ਨੂੰ ਬਾਈਪਾਸ ਕਰਦਿਆਂ ਹੋਇਆ ਆਪਣੀ ਸਰਕਾਰ ਨੂੰ ਜੜੀਆਂ ਖਾਸ ਸ਼ਕਤੀਆਂ ਹੋਣ ਦੇ ਲਈ ਇਹ ਬਿੱਲ ਲਿਆਂਦਾ ਜਾ ਰਿਹਾ ਉਸ ਬਾਰੇ ਚੁਫੇਰੀਆਂ ਆਵਾਜ਼ ਉੱਠ ਰਹੀ ਹੈ ਉਹਨਾਂ ਆਖਿਆ ਸੀ ਕਿ ਅਸੀਂ ਵੀ ਦੇਖਦੇ ਹਾਂ ਕਿ ਸਭ ਕਿਸ ਪਾਸੇ ਜਾਂਦਾ ਹੈ ਉਹਨਾਂ ਕਿਹਾ ਕਿ ਉਹ ਕਿਸੇ ਨਾਲ ਲੜਾਈ ਮੁੱਲ ਨਹੀਂ ਲੈਣਾ ਚਾਹੁੰਦੇ ਪਰ ਅਰਬਰਟਾ ਵਾਸੀਆਂ ਦੀ ਹਰ ਕਿਸਮ ਦੀ ਮਦਦ ਲਈ ਫੈਡਰਲ ਸਰਕਾਰ ਹਮੇਸ਼ਾ ਤਿਆਰ ਹੈ ਕਾਬਲੇ ਗੌਰ ਹੈ ਕਿ ਮੰਗਲਵਾਰ ਨੂੰ ਸਮਿਥ ਨੇ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਲੈ ਕੇ ਆਂਦਾ ਸੀ ਜਿਸ ਦੇ ਬਾਅਦ ਚਾਰੇ ਪਾਸੇ ਤੋਂ ਇਸ ਬਿੱਲ ਨੂੰ ਲੈ ਕੇ ਚਰਚਾ ਜਾ ਰਹੀ ਹੈ ਅਤੇ ਪ੍ਰੋਵਿੰਸ਼ੀਅਲ ਐਨ ਡੀ ਪੀ ਵੱਲੋਂ ਵੀ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਹਲਕੇ ਮੁਢਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਧੰਨਵਾਦ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ